ਦੁਆਬੇ ਦੇ ਪ੍ਰਸਿੱਧ ਨਗਰ ਰੁੜਕਾ ਕਲਾ ਵਿਖੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੁੜਕਾ ਕਲਾ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 37ਵਾਂ ਖੇਡ ਮੇਲਾ 10 ਅਤੇ 11 ਫਰਵਰੀ ਨੂੰ ਪਿੰਡ ਰੁੜਕਾ ਕਲਾ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕੁਲਵੀਰ ਸਿੰਘ ਸੰਧੂ, ਸਕੱਤਰ ਸ਼ਿਵ ਕੁਮਾਰ ਤਿਵਾੜੀ, ਵਿਸ਼ਵਾਮਿੱਤਰ ਤਿਵਾੜੀ ਅਤੇ ਹੋਰਨਾਂ ਮੈਂਬਰਾਂ ਨੇ ਦੱਸਿਆ ਕਿ ਇਸ ਖੇਡ ਮੇਲੇ ਦੀਆਂ ਪਹਿਲਾਂ ਤਾਰੀਖਾਂ 4 ਅਤੇ 5 ਫਰਵਰੀ ਰੱਖੀਆਂ ਗਈਆਂ ਸਨ, ਪਰ ਇਹਨਾਂ ਦਿਨਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਉਣ ਕਰਕੇ ਤਰੀਕਾਂ ਵਿੱਚ ਬਦਲਾਵ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਨਾਮਵਾਰ ਫੁੱਟਬਾਲ ਟੀਮਾਂ ਦੇ ਪਿੰਡ ਪੱਧਰ ਮੁਕਾਬਲੇ ਹੋਣਗੇ, ਜਦਕਿ ਕਬੱਡੀ ਦੀਆਂ 8 ਨਾਮਵਾਰ ਕਲੱਬਾਂ ਦੇ ਵੀ ਫਸਵੇਂ ਮੁਕਾਬਲੇ ਦੇਖਣਯੋਗ ਹੋਣਗੇ, ਜਿਸ ਦਾ ਪਹਿਲਾ ਇਨਾਮ ਸਵਰਗੀ ਸਰਪੰਚ ਕੁਲਵਿੰਦਰ ਸਿੰਘ ਕਾਕਾ ਦੇ ਪਰਿਵਾਰ ਵੱਲੋਂ, ਦੂਸਰਾ ਇਨਾਮ ਰਵਿੰਦਰ ਸਿੰਘ ਗਾਂਧੀ ਅਤੇ ਬਾਂਕਾ ਸਿੰਘ ਦੇ ਪਰਿਵਾਰ ਅਤੇ ਤੀਸਰਾ ਇਨਾਮ ਸੁਰਿੰਦਰ ਸਿੰਘ ਯੂਕੇ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਫੁੱਟਬਾਲ ਓਪਨ ਦੇ ਦੋਨੋਂ ਇਨਾਮ ਸਤਨਾਮ ਸਿੰਘ ਸੰਧੂ ਵੱਲੋਂ ਦਿੱਤੇ ਜਾਣਗੇ। ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਖੇਡ ਮੇਲੇ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਵਧਾਉਣ ਦੀ ਅਪੀਲ ਕੀਤੀ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰਜਿਸਟਰਡ ਰੁੜਕਾ ਕਲਾਂ ਦੇ ਸਮੁੱਚੇ ਮੈਂਬਰਾਂ ਦੀ ਮੀਟਿੰਗ ਸਰਦਾਰ ਕੁਲਵੀਰ ਸਿੰਘ ਜੀ ਸੰਧੂ ਪ੍ਰਧਾਨ ਦੀ ਅਗਵਾਈ ਦੇ ਵਿੱਚ ਕੀਤੀ ਗਈ, ਜਿਸ ਦੇ ਵਿੱਚ ਜਿਹੜਾ 37ਵਾਂ ਪੇਂਡੂ ਖੇਡ ਮੇਲਾ ਰੁੜਕਾ ਕਲਾਂ ਦੇ ਵਿੱਚ ਕਰਵਾਇਆ ਜਾ ਰਿਹਾ, ਉਸ ਖੇਡ ਮੇਲੇ ਦੀਆਂ ਡੇਟਾਂ ਜਿਹੜੀਆਂ ਆ ਉਹ ਦੁਬਾਰਾ ਅਨਾਊਂਸ ਕਰਨ ਦੇ ਵਾਸਤੇ ਅੱਜ ਦੀ ਇਹ ਮੀਟਿੰਗ ਕੀਤੀ ਗਈ ਆ, ਜਿਸ ਦੇ ਵਿੱਚ ਪਹਿਲਾਂ ਜਿਹੜੀ 4 ਅਤੇ 5 ਫਰਵਰੀ ਨੂੰ 2023 ਨੂੰ ਜਿਹੜਾ ਟੂਰਨਾਮੈਂਟ ਕਰਵਾਉਣ ਦਾ ਜਿਹੜਾ ਫੈਸਲਾ ਕਲੱਬ ਵੱਲੋਂ ਕੀਤਾ ਗਿਆ ਸੀਗਾ, ਪਰੰਤੂ ਜਦੋਂ ਵਿਚਾਰ ਕੀਤਾ ਗਿਆ ਤਾਂ ਪਤਾ ਲੱਗਿਆ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਜਿਹੜਾ ਉਹ ਉਸ ਉਹਨਾਂ ਡੇਟਾਂ ਵਿੱਚ ਆ ਰਿਹਾ, ਇਸ ਕਰਕੇ ਜਿਹੜੀ ਸਾਡੀ ਕਲੱਬ ਆ ਉਹਨੇ ਫੈਸਲਾ ਕੀਤਾ ਵੀ ਇਸ ਟੂਰਨਾਮੈਂਟ ਨੂੰ ਜਿਹੜਾ 37ਵਾਂ ਪੇਂਡੂ ਖੇਡ ਮੇਲਾ ਜਿਹੜਾ ਹੈਗਾ ਉਹ 10-11 ਫਰਵਰੀ 2023 ਨੂੰ ਕਰਵਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ, ਜਿਸ ਦੇ ਵਿੱਚ ਜਿਹੜੇ ਕਬੱਡੀ ਦਾ ਜਿਹੜਾ ਆਲ ਓਪਨ ਦੇ ਜਿਹੜੇ ਮੈਚ ਕਰਵਾਏ ਜਾਣਗੇ, ਜਿਸ ਦੇ ਵਿੱਚ ਜਿਹੜਾ ਪਹਿਲਾ ਇਨਾਮ ਜਿਹੜਾ ਹੈਗਾ ਕਬੱਡੀ ਦਾ ਉਹ ਕੁਲਵਿੰਦਰ ਸਿੰਘ, ਗੁਰਦੀਪ ਸਿੰਘ USA ਪੱਤੀ ਗਊ ਤੋਂ ਸਰਪੰਚਾਂ ਦੇ ਕੁੱਲਿਆਂ ਦੇ ਪਰਿਵਾਰ ਦੇ ਵੱਲੋਂ ਜਿਹੜਾ ਇਹ ਪਹਿਲਾ ਇਨਾਮ ਇਸ ਕਬੱਡੀ ਦੇ ਟੂਰਨਾਮੈਂਟ ਦਾ ਜਿਹੜਾ ਦਿੱਤਾ ਜਾਊਗਾ। ਜੇ ਦੂਸਰਾ ਇਨਾਮ ਜਿਹੜਾ ਹੈਗਾ ਉਹ ਕਬੱਡੀ ਪਲੇਅਰ ਰਵਿੰਦਰ ਸਿੰਘ ਜੀ ਗਾਂਧੀ USA ਉਹਨਾਂ ਦੇ ਵੱਲੋਂ ਅਤੇ ਬਾਂਕਾ ਸਿੰਘ ਜੀ ਸੌਲੇਕਿਆਂ ਦੇ ਉਹਨਾਂ ਦੇ ਵੱਲੋਂ ਜਿਹੜਾ ਦੂਸਰਾ ਇਨਾਮ ਜਿਹੜਾ ਕਬੱਡੀ ਦਾ ਉਹ ਦਿੱਤਾ ਜਾਏਗਾ, ਅਤੇ ਕਬੱਡੀ ਜਿਹੜਾ ਤੀਸਰਾ ਇਨਾਮ ਹੈ ਉਹ ਸੁਰਿੰਦਰ ਸਿੰਘ ਇੰਗਲੈਂਡੀਅਨ ਸਨ ਆਫ ਕੁਲਦੀਪ ਸਿੰਘ ਜੀ ਉਹਨਾਂ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਦਿੱਤਾ ਜਾਊਗਾ। ਇਸੇ ਤਰ੍ਹਾਂ ਜਿਹੜਾ ਫੁੱਟਬਾਲ ਆਲ ਓਪਨ ਦੇ ਜਿਹੜੇ ਮੈਚ ਹੈ ਉਹ ਵੀ ਨਾਲ ਇਸ ਟੂਰਨਾਮੈਂਟ 'ਚ ਕਰਵਾਏ ਜਾਣਗੇ, ਜਿਸ ਦੇ ਜਿਹੜੇ ਸਾਰੇ ਇਨਾਮ ਜਿਹੜੇ ਹੈਗੇ ਆ ਦੋਨੋਂ ਇਨਾਮ ਜਿਹੜੇ ਹੈਗੇ ਆ ਉਹ ਮੇਰਾ ਵੀਰ ਸਤਨਾਮ ਸਿੰਘ ਜੀ ਸੰਧੂ ਪੱਪਾ ਕੈਨੇਡੀਅਨ ਮਿਸੀਸਾਗਾ ਟੋਰਾਂਟੋ ਉਹਨਾਂ ਦੇ ਵੱਲੋਂ ਇਹ ਜਿਹੜੇ ਫੁੱਟਬਾਲ ਆਲ ਓਪਨ ਦੇ ਦੋਨੋਂ ਇਨਾਮ ਜਿਹੜੇ ਆ ਉਹ ਸਤਨਾਮ ਸਿੰਘ ਪੱਪਾ ਕੈਨੇਡੀਅਨ ਦੇ ਵੱਲੋਂ ਦਿੱਤੇ ਜਾਣਗੇ, ਅਤੇ ਜਿਹੜੀ ਲੰਗਰ ਦੀ ਸੇਵਾ ਹੈਗੀ ਆ ਉਹ ਸਵਰਨ ਸਿੰਘ, ਗੁਰਮੇਲ ਸਿੰਘ ਦੇ ਪਰਿਵਾਰ ਵੱਲੋਂ, ਕੁਲਵੰਤ ਸਿੰਘ ਘੁੱਕਾ USA ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੇ ਕਬੱਡੀ ਪਲੇਅਰ ਨੇ ਉਹਨਾਂ ਦੇ ਪਰਿਵਾਰ ਵੱਲੋਂ ਲੰਗਰ ਦੀ ਜਿਹੜੀ ਸੇਵਾ ਕੀਤੀ ਜਾਊਗੀ। ਇਸ ਲਈ ਅਸੀਂ 8 ਨਾਮਵਰ ਕਲੱਬਾਂ ਜਿਹੜੇ ਮੈਚ ਆ ਉਹ ਵੀ ਕਰਵਾਏ ਜਾਣਗੇ। ਸੋ ਅਸੀਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ, ਜਿਹੜੇ ਖੇਡ ਪ੍ਰੇਮੀ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਡੇਟਾਂ ਵਿੱਚ ਸਾਡੇ ਰੁੜਕਾ ਕਲਾਂ ਜਿਹੜਾ ਦੁਆਬੇ ਦਾ ਮਸ਼ਹੂਰ ਇਨਕਲਾਬੀ ਪਿੰਡ ਆ ਉਹਦੇ ਵਿੱਚ ਪਹੁੰਚ ਕੇ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾ ਕੇ ਆਪਣਾ ਜਿਹੜਾ ਮਨੋਰੰਜਨ ਕਰੋ। ਧੰਨਵਾਦ।